بولے سونے حال ساس بھی اکال ਦੇਸ਼ ਵਿਦੇਸ਼ਾਂ ਵਿੱਚ ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਗੁਰੂ ਗ੍ਰੰਥ ਤੋਂ ਗੁਰੂ ਪੰਥਕ ਦੇ ਇਸ ਖਾਸ ਸਫ਼ਰ ਵਿੱਚ। ਦੋਸਤੋ, ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਨਵਾਂ ਵਿਸ਼ਾ, ਨਵੇਂ ਮਹਿਮਾਨ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਅੱਜ ਪੰਥ ਦੀ ਬੜੀ ਪਿਆਰੀ ਸ਼ਖਸੀਅਤ, ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਮੁੱਖ ਵਕਤਾ ਦੇ ਤੌਰ 'ਤੇ, ਜਿਨ੍ਹਾਂ ਨੇ ਇੱਕ ਨਹੀਂ ਅਨੇਕਾਂ ਥਾਵਾਂ 'ਤੇ ਜਾ ਕੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਾਲਜ, ਯੂਨੀਵਰਸਿਟੀ, ਸਕੂਲਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਨੌਜਵਾਨਾਂ ਦੇ ਵਿੱਚ ਕਾਫੀ ਰੁਚੀ ਰੱਖਦੇ ਨੇ, ਉਹਨਾਂ ਨੂੰ ਗੁਰਸਿੱਖੀ ਜੀਵਨ ਦੀ ਦਾਤ ਮਿਲ ਜਾਵੇ, ਨਸ਼ਿਆਂ ਤੋਂ ਪਤਿਤ ਪੁਣੇ ਤੋਂ ਨੌਜਵਾਨ ਬਚੇ ਰਹਿਣ, ਕਾਫੀ ਅੱਛੀ ਪ੍ਰੇਰਣਾ ਜਾ ਕੇ ਇਹ ਦਿੰਦੇ ਨੇ। ਜੀ ਹਾਂ ਦੋਸਤੋ, ਅੱਜ ਸਾਡੇ ਕੋਲ ਪਹੁੰਚੇ ਨੇ ਸਾਡੇ ਅਤਿ ਸਤਿਕਾਰਯੋਗ ਡਾਕਟਰ ਦਰਸ਼ਨ ਸਿੰਘ ਜੀ, ਤੁਹਾਡਾ ਸਵਾਗਤ ਜੀ, ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜੇਕਰ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ, ਕਾਫੀ ਨਾਮ ਹੈ ਜਥੇਬੰਦੀ ਦਾ, ਗੁਰਮਤ ਕੈਂਪ ਲਗਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਰਹਿਤ ਮਰਿਆਦਾ ਦੀ ਵੱਡਮੁੱਲੀ ਜਾਣਕਾਰੀ ਦੇ ਰਹੇ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਦੀ, ਨੌਜਵਾਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਬਾਣੀ ਪੜ੍ਹਿਆ ਕਰੋ, ਕਿਉਂਕਿ ਤੁਸੀਂ ਕੱਲ੍ਹ ਨੂੰ ਕੌਮ ਦੀ ਵਾਗਡੋਰ ਸਾਹਮਣੀ ਹੈ, ਦੇਸ਼ ਦਾ ਭਵਿੱਖ ਹੈ। ਨੌਜਵਾਨ ਸਾਨੂੰ ਸਵਾਲ ਕਰਦੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਵਾਸਤੇ ਕਿੱਥੇ ਕੀ ਆਖਿਆ ਹੈ, ਤੁਸੀਂ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕੀਤੀ ਹੈ, ਬਾਣੀ ਅੱਛੀ ਤਰ੍ਹਾਂ ਤੁਸੀਂ ਕੋਟ ਕਰਦੇ ਹੋ, ਇਤਿਹਾਸ ਤੋਂ ਤੁਸੀਂ ਵਾਕਫ ਹੋ, ਕੀ ਕਿਤੇ ਨੌਜਵਾਨਾਂ ਬਾਰੇ ਕੋਈ ਪ੍ਰੋਪਰ ਇਹੋ ਜਿਹਾ ਸੰਦੇਸ਼ ਹੈ? ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਹਨੂੰਮਾਨ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹੀ ਮਾਨੋ ਸ਼ਖਸੀਅਤ ਨੇ, ਇੱਕ ਅਜਿਹੇ ਗ੍ਰੰਥ ਨੇ ਜਿਹਦੇ ਵਿੱਚ ਸਮਾਜ ਦੇ ਕਿਸੇ ਵੀ ਪੱਖ ਨੂੰ ਜੀ ਅਣਗੌਲਿਆ ਨਹੀਂ ਕੀਤਾ ਗਿਆ। ਸਰੀਰਕ ਤੌਰ 'ਤੇ ਇੱਕ ਅੱਛੀ ਸ਼ਖਸੀਅਤ ਬਣਾਉਣ ਵਾਸਤੇ, ਇੱਕ ਅੰਮ੍ਰਿਤ ਵੇਲੇ ਤੋਂ ਉੱਠਣ ਤੋਂ ਲੈ ਕੇ ਜੀ ਮਰਨ ਤੱਕ ਬੰਦੇ ਨੂੰ ਸਮੇਂ ਸਮੇਂ 'ਤੇ ਹਰ ਤਰ੍ਹਾਂ ਦੀ ਗਾਈਡੈਂਸ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਜੀ ਦਿੱਤੀ ਹੋਈ ਹੈ। ਕੋਈ ਵੀ ਟੌਪਿਕ ਅਜਿਹਾ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਨਾ ਟੱਚ ਕੀਤਾ। ਬਹੁਤ ਖੂਬ। ਖਾਣਾ, ਪੀਣਾ, ਪਹਿਨਣਾ, ਰਹਿਣਾ, ਬੋਲਣਾ ਚੱਲਣਾ ਹਰ ਤਰ੍ਹਾਂ ਦੀ ਹੀ ਜਿਹਦੀ ਵਿਸ਼ੇਸ਼ਤਾ ਹੀ ਹੈ ਸਮਾਜ ਦੀ, ਮਨੁੱਖੀ ਜੀਵਨ ਦੀ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਹੀ ਵਿਅਕਤ ਕੀਤੀ। ਮੈਂ ਬੜਾ ਹੈਰਾਨ ਹੋਇਆ ਇੱਕ ਦਿਨ ਸਹਿਜ ਪਾਠ ਕਰਦਿਆਂ, ਅੱਜ ਕੱਲ੍ਹ ਜਿਹੜਾ ਬਹੁਤ ਘੱਟ ਕੱਪੜੇ ਪਹਿਨਦੇ ਨੇ, ਨਚਾਰ ਵਗੈਰਾ ਜਾਂ ਅਸ਼ਲੀਲਤਾ ਫੈਲਾਉਂਦੇ ਨੇ ਕੱਪੜਿਆਂ, ਇਸ ਦੇ ਬਾਰੇ ਵੀ ਉਹਨਾਂ ਨੇ ਦੱਸਿਆ ਹੋਇਆ ਵੀ ਤੁਸੀਂ ਇਹੋ ਜਿਹੇ ਕੱਪੜੇ ਨਾ ਪਹਿਨੋ ਜਿਨ੍ਹਾਂ ਨਾਲ ਤੁਹਾਨੂੰ ਹੰਕਾਰ ਪੈਦਾ ਹੋਵੇ। ਵਾਓ ਸੰਦੇ ਕੱਪੜੇ ਪਹਿਰੈ ਗਰਭ ਗੁਬਾਰ, ਨਾਨਕ ਨਾਲ ਨਾ ਚੱਲਣੀ ਜਲ ਬਲ ਹੋਵੇ ਛਾ। ਜਿਹੜੇ ਲੋਕ ਛਾਤੀਆਂ ਦਿਖਾਉਂਦੇ ਨੇ, ਮੋਢੇ ਦਿਖਾਉਂਦੇ ਨੇ, ਆਪਣਾ ਸਰੀਰ ਦਾ ਪ੍ਰਦਰਸ਼ਨ ਕਰਕੇ ਆਪਣੇ ਆਪ ਨੂੰ ਜਵਾਨ ਹੋਣਾ ਦਿਖਾਉਂਦੇ ਨੇ, ਅਤੇ ਨਾਲ ਦੱਸਿਆ ਵੀ ਹੈ ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਜੰਤ। ਜਿਹੜੇ ਜਵਾਨੀ ਦੇ ਨਸ਼ੇ ਵਿੱਚ ਅੱਜ ਕੱਲ੍ਹ ਦੇ ਨੌਜਵਾਨ ਜੀ, ਉਹ ਉਹਨਾਂ ਨੂੰ ਮਾੜੀਆਂ ਵਹਿਵਤਾਂ ਉਹਨਾਂ ਨੂੰ ਗਲਤ ਪਾਸੇ ਵੱਲ ਤੋਰਦੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤ ਹੈ ਜਿਹੜਾ ਉਹਨਾਂ ਨੂੰ ਚੰਗੇ ਪਾਸੇ ਵੱਲ। ਜੇਕਰ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਕੀਤੀ ਜਾਵੇ, ਅੱਜ ਉਸ ਮਾਤਰਾ ਦੇ ਵਿੱਚ ਨੌਜਵਾਨ ਨਿਤਰ ਕੇ ਸਾਹਮਣੇ ਨਹੀਂ ਆ ਰਹੇ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਸਤੇ, ਤੁਹਾਨੂੰ ਕੀ ਲੱਗਦਾ ਇੱਥੇ? ਇਹ ਇਉਂ ਹੈ ਕਿਉਂਕਿ ਦੋਏ ਫੋਰਸਿਸ ਬਹੁਤ ਸਟਰੋਂਗ ਨੇ, ਜਿਹੜੀ ਬਾਹਰਲੀ ਫੋਰਸ ਹੈ ਨੌਜਵਾਨਾਂ ਨੂੰ ਵਿਗਾੜਨ ਵਾਲੀ ਫੋਰਸ, ਗੰਦੇ ਗੀਤ, ਮਾੜੇ ਚੈਨਲ, ਜਿਹੜੇ ਨੌਨ ਵੈਜ ਮੈਸੇਜ ਵਗੈਰਾ ਜੀ,
ਜਿਹੜੇ ਮੈਰਿਜ ਪੈਲਸਾਂ ਦੇ ਨੱਚਣ ਗਾਉਣ ਟੱਪਣ ਅਤੇ ਗੰਦੀਆਂ ਲਿਖਤਾਂ ਇਸ ਤਰ੍ਹਾਂ ਦੀ, ਉਹ ਨੌਜਵਾਨਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨੂੰ ਪ੍ਰਚਾਰਨ ਪ੍ਰਸਾਰਨ ਵਾਲੇ ਉਹ ਘੱਟ ਨੇ। ਜੇ ਘੱਟ ਨੇ, ਚੰਗਿਆਈ ਆਲਕ ਕਰੈ ਬੁਰਿਆਈ ਹੋਏ ਸੇਰ, ਜਿਹੜੀ ਚੰਗੀ ਚੀਜ਼ ਹੈ ਉਹਨੂੰ ਘੱਟ ਕਰਦੇ ਨੇ ਰਿਸੀਵ, ਅਤੇ ਬੁਰਿਆਈ ਨੂੰ ਵੱਧ ਕਰਦੇ। ਇਸ ਕਰਕੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਿਹੜੀ ਸਿੱਖਿਆ ਮਿਲਣੀ ਸੀ, ਪਹਿਲੀ ਗੱਲ ਤਾਂ ਘਰਾਂ 'ਚੋਂ ਮਿਲਣੀ ਸੀ ਜੀ। ਘਰਾਂ 'ਚ ਅੱਜ ਕੱਲ੍ਹ ਸੀਰੀਅਲ ਚੱਲਦੇ ਨੇ, ਦੋ ਦੋ ਜਣੇ ਮੰਮੀ ਡੈਡੀ ਦੋਏ ਕਮਾਉਣ ਵਾਲੇ ਨੇ, ਬੱਚਿਆਂ ਨੂੰ ਇਗਨੋਰ ਕੀਤਾ ਜਾਂਦਾ ਹੈ। ਇਸ ਲਈ ਨੌਜਵਾਨਾਂ ਨੂੰ ਨਾ ਤਾਂ ਪ੍ਰੋਪਰ ਗਾਈਡੈਂਸ ਘਰਾਂ 'ਚੋਂ ਮਿਲਦੀ ਹੈ। ਪੁਰਾਣੇ ਜ਼ਮਾਨੇ ਵਿੱਚ ਦਾਦੀਆਂ ਨਾਨੀਆਂ ਰਜਾਈਆਂ 'ਚ ਬੈਠ ਕੇ ਬਿਲਕੁਲ ਸਾਖੀਆਂ ਸੁਣਾਉਂਦੀਆਂ ਹੁੰਦੀਆਂ ਸੀ, ਅਤੇ ਉਹਦੇ ਨਾਲ ਉਹ ਅੱਛੇ ਬਣਦੇ ਸੀ, ਜੁਆਇੰਟ ਫੈਮਿਲੀ ਸੀਗੀਆਂ। ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਇਤਿਹਾਸ ਦਾ, ਆਪਣੇ ਵਿਰਸੇ ਦਾ ਪਤਾ ਲੱਗ ਜਾਂਦਾ ਸੀ ਬਜ਼ੁਰਗਾਂ ਦੀ ਗੋਦ ਵਿੱਚ ਬੈਠ ਕੇ। ਹੁਣ ਪਰਿਵਾਰ ਟੁੱਟ ਗਏ ਨੇ, ਪੱਛਮੀ ਸੱਭਿਆਚਾਰ ਦਾ ਜ਼ੋਰ ਹੈ, ਪਦਾਰਥਵਾਦੀ ਯੁੱਗ ਹੈ, ਸਿਆਸਤ ਦੇ ਵਿੱਚ ਗੰਧਲਾ ਪਾਉਣਾ ਹੈ। ਇਸ ਤਰ੍ਹਾਂ ਦੇ ਨਾਲ ਪ੍ਰਚਾਰਕ ਵੀ, ਮਾਫ਼ ਕਰਨਾ, ਜਿਹੜੇ ਪ੍ਰਚਾਰ ਬੜਾ ਔਖਾ ਕੰਮ ਹੈ, ਇਸ ਲਫ਼ਜ਼ ਨੂੰ ਵਰਤਦਾ ਹੁੰਦਾ ਪਰਚਾਰ। ਪਰਚਾਰ ਦਾ ਪਰਾਇਆਂ ਨੂੰ ਚਾਰੀ ਜਾਓ, ਆਪ ਨਹੀਂ ਚਰਨਾ। ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ। ਜੇ ਅਸੀਂ ਚਰਾਂਗੇ ਆਪ, ਤਾਂ ਫਿਰ ਤਾਂ ਹੀ ਕੁਛ ਬਣਾਵਾਂਗੇ। ਅਵਰ ਉਪਦੇਸ਼ ਆਪ ਨਾ ਕਰੈ ਆਵਤ ਜਾਵਤ। ਡਾਕਟਰ ਸਾਹਿਬ, ਮੈਂ ਥੋੜ੍ਹੇ ਇੱਥੇ ਰੋਕਣਾ ਚਾਹਾਂਗਾ। ਹਾਂਜੀ, ਤੁਸੀਂ ਤਾਂ ਪੱਛਮੀ ਸੱਭਿਆਚਾਰ ਦੀ ਗੱਲ ਕੀਤੀ ਹੈ। ਹਾਂਜੀ, ਕੀ ਸਾਡੇ ਸੱਭਿਆਚਾਰ ਵਿੱਚ ਇੰਨੀ ਵੀ ਤਾਕਤ ਨਹੀਂ ਸੀ ਕਿ ਸਾਡੇ ਉੱਪਰ ਆ ਕੇ ਪੱਛਮੀ ਸੱਭਿਆਚਾਰ ਹਾਵੀ ਹੋ ਗਿਆ? ਜਦਕਿ ਕਿਹਾ ਜਾਂਦਾ ਕਿ ਪੰਜਾਬ ਦਾ ਸੱਭਿਆਚਾਰ, ਸਿੱਖ ਸੱਭਿਆਚਾਰ ਬੜਾ ਵਿਲੱਖਣ ਹੈ, ਬੜਾ ਬੇਮਿਸਾਲ ਹੈ, ਇਸ ਉੱਪਰ ਕੋਈ ਹਾਵੀ ਨਹੀਂ ਹੋ ਸਕਦਾ। ਫਿਰ ਪੱਛਮੀ ਸੱਭਿਆਚਾਰ ਦਾ ਇਹੋ ਜਿਹਾ ਕੀ ਪ੍ਰਭਾਵ ਪਿਆ ਕਿ ਸਾਡਾ ਸੱਭਿਆਚਾਰ ਹੀ ਗੁਆਚ ਗਿਆ? ਜਿਹੜਾ ਪੱਛਮੀ ਸੱਭਿਆਚਾਰ ਹੈ ਉਹ ਜੇ ਬਹੁਤ ਸਾਰੀਆਂ ਉਹਦੇ ਵਿੱਚ ਚੰਗੀਆਂ ਗੱਲਾਂ ਵੀ ਨੇ ਜੀ। ਸਾਨੂੰ ਤਾਂ ਚਾਹੀਦਾ ਸਾਂਝ ਕਰੀਜੈ ਗੁਣਾ ਕੇਰੀ ਛੋੜ ਔਗਣ ਚਲੀ। ਜੇ ਪੱਛਮੀ ਸੱਭਿਆਚਾਰ ਦੀ ਇਮਾਨਦਾਰੀ ਨੂੰ, ਉਹਨਾਂ ਦੀ ਸਿੰਸੀਅਰਿਟੀ ਨੂੰ, ਉਹਨਾਂ ਦੇ ਜਿਹੜਾ ਬਹੁਤ ਸਾਰੀਆਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਅਪਣਾ ਲਿਆ ਜਾਂਦਾ, ਕੋਈ ਮਾੜੀ ਗੱਲ ਨਹੀਂ ਸੀ ਜੀ। ਪਰ ਅਸੀਂ ਉਹਨਾਂ ਦੇ ਵਿੱਚ ਜਿਹੜੀਆਂ ਭੈੜੀ ਹੈਗੇ ਉਹ ਉਹਦੇ ਸਮਾਜ ਦੇ ਅਨਸਰ, ਉਹਨਾਂ ਨੂੰ ਤਾਂ ਅਸੀਂ ਰਿਸੀਵ ਕਰਦੇ ਹਾਂ, ਜਿਹੜੇ ਚੰਗੇ ਨੇ ਉਹਨਾਂ ਨੂੰ ਰਿਸੀਵ ਨਹੀਂ ਕਰਦੇ। ਪਰ ਫਿਰ ਵੀ ਕੀ ਕਾਰਨ ਡਾਕਟਰ ਸਾਹਿਬ ਅੱਜ ਸਾਡੇ ਸੱਭਿਆਚਾਰ 'ਤੇ ਹਾਵੀ ਹੋ ਗਿਆ ਪੱਛਮੀ? ਸਾਡਾ ਸੱਭਿਆਚਾਰ ਦੱਸਿਆ ਨਹੀਂ ਜਾ ਰਿਹਾ। ਸਾਡੇ ਸੱਭਿਆਚਾਰ ਦੇ ਵਿੱਚ ਤਾਂ ਜਿਹੜਾ ਹੈਗਾ ਉਹ ਸੱਭਿਆਚਾਰ ਪੜ੍ਹਾਇਆ ਹੀ ਨਹੀਂ ਜਾ ਰਿਹਾ। ਨੈਤਿਕ ਜਿਹੜਾ ਸਿਲੇਬਸ ਦੇ ਵਿੱਚ ਨਾ ਤਾਂ ਕੋਈ ਹੈਗਾ, ਨਾ ਸਕੂਲਾਂ ਦੇ ਵਿੱਚ ਕੋਈ ਦੱਸਿਆ ਜਾ ਰਿਹਾ। ਜੇ ਬੱਚਿਆਂ ਨੂੰ ਅਸੀਂ ਆਪਣੇ ਪੜ੍ਹਾਉਂਦੇ ਹੋਏ ਵੀ, ਟੀਚਰ ਵੀ, ਈਵਨ ਟੀਚਰ ਵੀ, ਬਹੁਤ ਸਾਰੇ ਟੀਚਰ ਆਪ ਜਦੋਂ ਸੱਭਿਆਚਾਰ ਨਾਲ ਨਹੀਂ ਜੁੜਦੇ ਹੁੰਦੇ, ਉਹਨਾਂ ਦੇ ਆਪਦੇ ਡਰੈਸ ਵੈਸਟਰਨ ਹੁੰਦੇ ਨੇ, ਬਿਲਕੁਲ ਉਹ ਆਪ ਸ਼ਰਾਬੀ ਕਬਾਬੀ ਹੁੰਦੇ ਨੇ, ਫਿਰ ਉਹ ਦੂਜਿਆਂ ਨੂੰ ਕੀ ਮੱਤ ਦੇਣਗੇ? ਪਰੰਤੂ ਜੇਕਰ ਪੰਜਾਬ ਦੇ ਖੇਤਰ ਦੀ ਗੱਲ ਕੀਤੀ ਜਾਵੇ, ਅੱਜ ਗਲੀ ਗਲੀ ਵਿੱਚ, ਮੁਹੱਲੇ ਵਿੱਚ ਗੁਰੂ ਘਰ ਸਥਾਪਿਤ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ, ਬਕਾਇਦਾ ਦੀਵਾਨ ਸਜਾਏ ਜਾਂਦੇ ਨੇ, ਜੇਕਰ ਸਕੂਲਾਂ 'ਚੋਂ ਨਹੀਂ ਮਿਲ ਰਿਹਾ, ਪਹਿਲੇ ਕੋਈ ਇਹੋ ਜਿਹੇ ਸਕੂਲ ਨਹੀਂ ਸੀ, ਪਹਿਲੇ ਧਰਮਸ਼ਾਲਾ ਹੀ ਸੀਗੇ, ਗੁਰੂ ਘਰ ਹੀ ਸੀਗੇ ਜਿੱਥੋਂ ਤਾਲੀਮ ਗ੍ਰਹਿਣ ਕੀਤੀ ਜਾਂਦੀ ਸੀਗੀ। ਅੱਜ ਵੀ ਗੁਰੂ ਘਰ ਨੇ, ਪਰੰਤੂ ਅੱਜ ਵੀ ਕੋਈ ਉਸ ਉਹ ਜ਼ਿੰਮੇਵਾਰੀ ਉਹ ਭੂਮਿਕਾ ਨਹੀਂ ਨਿਭਾ ਰਹੇ, ਤੁਹਾਨੂੰ ਨਹੀਂ ਲੱਗਦਾ? ਅਸੀਂ ਗੁਰੂ ਘਰਾਂ ਦੇ ਵਿੱਚ ਬਹੁਤ ਚਾਰਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮ ਕੇ ਦੇਖੇ ਨੇ, ਉਹ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਉੱਤੇ ਬਿਲਡਿੰਗਾਂ ਦੇ ਉੱਤੇ ਬਹੁਤ ਜ਼ੋਰ ਲਾਇਆ ਜਾ ਰਿਹਾ, ਲੰਗਰ 'ਤੇ ਬਹੁਤ ਜ਼ੋਰ ਲਾਇਆ ਜੀ, ਬਿਲਕੁਲ, ਨਗਰ ਕੀਰਤਨ ਬਹੁਤ ਕੱਢੇ ਜਾਂਦੇ ਨੇ। ਪਰ ਜਦੋਂ ਕਿ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਹੈ ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਜੀ। ਗੁਰਬਾਣੀ ਕਹਿੰਦੀ ਕੀ ਹੈ, ਗੁਰਬਾਣੀ ਦੀ ਵਿਚਾਰਧਾਰਾ ਕੀ ਹੈ, ਉਹ ਚੰਗੇ ਪ੍ਰੀਚਰ ਤੋਂ ਬਿਨਾਂ ਨਹੀਂ ਹੁੰਦੀ। ਸਾਡੀ ਜਿਹੜੀ ਪਿੰਡਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਪ੍ਰਚਾਰਕ ਨੇ ਉਹ ਕੌਣ ਨੇ, ਉਹ ਮੇਰੇ ਤੋਂ ਇੱਕ ਲਫ਼ਜ਼ ਗਲਤ ਨਾ ਕਿਹਾ ਜਾਵੇ, ਜਿਵੇਂ ਨਾ ਸਕਰੈਪ ਦਾ ਮਾਲ ਹੁੰਦਾ, ਜਿਹੜੇ ਬੱਚੇ ਖੁੱਚੇ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ, ਜਿਨ੍ਹਾਂ ਨੂੰ ਕੋਈ ਰੁਜ਼ਗਾਰ ਨਹੀਂ ਹੁੰਦਾ, ਉਹਨਾਂ ਨੂੰ ਵਿਚਾਰਿਆਂ ਜਿਹੜੇ ਪੜ੍ਹੇ ਨਹੀਂ ਹੁੰਦੇ, ਉਹ ਵਿਚਾਰੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰਕ ਹੁੰਦੇ ਨੇ, ਉਹਨਾਂ ਤੋਂ ਡਾਲੀ ਲਿਆਉਣ ਦਾ ਕੰਮ ਲਿਆ ਜਾਂਦਾ, ਚੌਕੀਦਾਰਾਂ ਵਾਂਗੂ ਪ੍ਰਧਾਨ ਨੇ ਜਿਹੜੇ ਉਹ ਉਹਨਾਂ 'ਤੇ ਹਾਵੀ ਹੁੰਦੇ ਨੇ, ਜਿਹੜੀ ਕੰਟਰੋਲਿੰਗ ਫੋਰਸ ਹੈ ਉਹ ਤਕੜੇ ਬੰਦਿਆਂ ਦੀ ਹੁੰਦੀ ਹੈ ਜੀ, ਜਿਹੜੀ ਵਰਕਿੰਗ ਹੈਗੀ ਉਹ ਵਿਚਾਰੇ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਵਿੱਚੋਂ ਹੁੰਦੇ ਨੇ, ਗਰੀਬ ਗੁਰਬੇ ਹੁੰਦੇ ਨੇ, ਉਹ ਹੁੰਦੇ, ਉਹ ਨਾ ਪੜ੍ਹੇ ਹੁੰਦੇ ਨੇ, ਨਾ ਉਹਨਾਂ ਨੂੰ ਗੁਰਮਤਿ ਨੌਲੇਜ ਹੁੰਦੀ ਹੈ, ਉਹ ਜਿਵੇਂ ਪ੍ਰਧਾਨ ਕਹਿੰਦੇ ਨੇ ਉਵੇਂ ਕਰੀ ਜਾਂਦੇ ਨੇ, ਇਸ ਲਈ ਉਹ ਸੱਚ ਬੋਲ ਹੀ ਨਹੀਂ ਸਕਦੇ।
ਉਹ ਰਹਿ ਅਕਾਲ ਤਖ਼ਤ ਦੀ ਰਹਿਤ ਮਰਿਆਦਾ ਨੂੰ ਵੀ ਲਾਗੂ ਨਹੀਂ ਕਰ ਸਕਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਡਾਕਟਰ ਸਾਹਿਬ, ਅੱਜ ਤੁਸੀਂ ਬੜਾ ਇੱਕ ਵੱਡਾ ਸੱਚ ਸਾਡੇ ਸਾਹਮਣੇ ਰੱਖਿਆ। ਦੋਸਤੋ, ਇਹ ਸੱਚਾਈ ਹੈ ਅੱਜ ਪੰਜਾਬ ਦੇ ਪਿੰਡਾਂ ਦੇ ਗੁਰੂ ਘਰਾਂ ਦੀ, ਪੰਜਾਬ ਦੇ ਸ਼ਹਿਰਾਂ ਦੇ ਗੁਰੂ ਘਰਾਂ ਦੀ। ਅੱਜ ਬਹੁਤਾਤ ਗਿਣਤੀ ਜਿਹਨੂੰ ਕਿਤੇ ਕੋਈ ਕਾਰਜ ਨਹੀਂ ਮਿਲਿਆ, ਉਹੀ ਗੁਰੂ ਘਰ ਦਾ ਅੱਜ ਮੁੱਖ ਗ੍ਰੰਥੀ ਜਾਂ ਮੁੱਖ ਸੇਵਾਦਾਰ ਬਣ ਕੇ ਸਾਹਮਣੇ ਆ ਰਿਹਾ। ਪਰੰਤੂ ਸੋਚਣਾ ਪਵੇਗਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹਨਾਂ ਨੂੰ ਅਸੀਂ ਕਾਇਨਾਤ ਦਾ ਮਾਲਕ ਕਹਿੰਦੇ ਹਾਂ, ਬ੍ਰਹਿਮੰਡ ਦਾ ਮਾਲਕ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਉਹ ਵਿਅਕਤੀ ਲਗਾਇਆ ਜਾ ਰਿਹਾ ਜਿਹੜਾ ਕਿ ਸੰਸਾਰ ਵਿੱਚੋਂ ਕੋਈ ਵੀ ਥਾਂ 'ਤੇ ਨਹੀਂ ਲਗਾਉਣ ਯੋਗ ਹੈਗਾ। ਸਾਨੂੰ ਆਪਣੀ ਜ਼ਿੰਮੇਵਾਰੀ ਆਪ ਨਿਭਾਉਣੀ ਪਵੇਗੀ, ਸੋਚਣਾ ਪਵੇਗਾ ਜਿਸ ਨੂੰ ਅਸੀਂ ਬ੍ਰਹਿਮੰਡ ਦਾ ਮਾਲਕ ਕਹਿੰਦੇ ਹਾਂ ਉਹਦੀ ਸੇਵਾ ਸੰਭਾਲ ਕੌਣ ਕਰ ਰਿਹਾ ਹੈ, ਜਾਂ ਉਸ ਲਾਇਕ ਵੀ ਹੈ ਜਾਂ ਨਹੀਂ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਅਤੇ ਪ੍ਰਸਾਰ ਅੱਜ ਹੋ ਰਿਹਾ, ਬਾਣੀ ਦੀ ਗੱਲ ਘਰ ਘਰ ਹੋ ਰਹੀ ਹੈ, ਕਿਵੇਂ ਹੋ ਰਹੀ ਹੈ, ਉਹ ਆਊਟਪੁੱਟ ਸਾਡੇ ਸਾਹਮਣੇ ਕਿਵੇਂ ਨਿਕਲ ਕੇ ਆ ਰਹੀ ਹੈ, ਅਸੀਂ ਆਪ ਅੰਦਾਜ਼ਾ ਲਾ ਕੇ ਵੇਖ ਸਕਦੇ ਹਾਂ। ਡਾਕਟਰ ਸਾਹਿਬ, ਸਵਾਲ ਹੋਰ ਵੀ ਨੇ ਬਹੁਤ ਸਾਰੇ ਕਰਨ ਵਾਲੇ, ਇੱਥੇ ਛੋਟੀ ਬ੍ਰੇਕ ਲੈਣੀ ਪਵੇਗੀ। ਬ੍ਰੇਕ ਤੋਂ ਬਾਅਦ ਆਪਾਂ ਨੌਜਵਾਨਾਂ 'ਤੇ ਫੋਕਸ ਹੋਵਾਂਗੇ, ਕਿਉਂਕਿ ਉਹ ਦੇਸ਼ ਦਾ, ਕੌਮ ਦਾ, ਪੰਥ ਦਾ ਸਰਮਾਇਆ ਨੇ। ਠੀਕ ਹੈ ਜੀ। ਨੌਜਵਾਨਾਂ ਨੂੰ ਕਿਸ ਤਰ੍ਹਾਂ ਦੀ ਸੇਧ ਦਿੱਤੀ ਜਾਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਸਕਣ। ਬ੍ਰੇਕ ਤੋਂ ਬਾਅਦ ਦੋਸਤੋ ਫਿਰ ਜੁੜਾਂਗੇ ਤੁਹਾਡੇ ਆਪਣੇ ਪ੍ਰੋਗਰਾਮ ਗੁਰੂ ਗ੍ਰੰਥ ਤੋਂ ਗੁਰੂ ਪੰਥ ਦੇ ਨਾਲ। ਦੇਖਦੇ ਰਹੋ ਤੁਸੀਂ ਅਕਾਲ ਚੈਨਲ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 0770274809 06 ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ। ਦੋਸਤੋ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਬੜਾ ਡੂੰਘਾ ਅਤੇ ਅਹਿਮ ਮਸਲਾ ਸਾਡੇ ਅਤਿ ਸਤਿਕਾਰ ਡਾਕਟਰ ਦਰਸ਼ਨ ਸਿੰਘ ਉਹਨਾਂ ਨੇ ਤੁਹਾਡੇ ਰੂਬਰੂ ਕੀਤਾ ਹੈ। ਅੱਜ ਸਾਨੂੰ ਆਪ ਪੜਚੋਲ ਕਰਨੀ ਪਵੇਗੀ। ਗੁਰਬਾਣੀ ਦੇ ਇੱਕ ਨਹੀਂ ਅਨੇਕਾਂ ਹਵਾਲੇ ਸਾਨੂੰ ਪੁਕਾਰ ਪੁਕਾਰ ਕੇ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇੱਕ ਨਹੀਂ ਅਨੇਕਾਂ ਪ੍ਰਮਾਣ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਬਾਣੀ ਪੜ੍ਹੀ ਬਹੁਤ, ਬਾਣੀ ਸੁਣੀ ਬਹੁਤ, ਰੋਜ਼ ਸਵੇਰੇ ਸ਼ਾਮ ਗੁਰੂ ਘਰਾਂ ਵਿੱਚ ਨਿਤਨੇਮ ਹੁੰਦਾ ਹੈ, ਹੁੰਦਾ ਰਹੇਗਾ, ਕੋਈ ਦੋਹਰਾਵਾਂ ਨਹੀਂ। ਪਰੰਤੂ ਅੱਜ ਕੀ ਕਾਰਨ ਹੈ ਅੱਜ ਦਾ ਨੌਜਵਾਨ, ਕੀ ਕਾਰਨ ਹੈ ਅੱਜ ਦਾ ਨੌਜਵਾਨ, ਦੇਸ਼ ਦਾ ਭਵਿੱਖ, ਜਿਹਨੇ ਪੰਥ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਸੀ, ਅੱਜ ਉਹ ਨੌਜਵਾਨ ਹੀ ਗੁਰੂ ਘਰਾਂ ਤੋਂ ਟੁੱਟਦਾ ਜਾ ਰਿਹਾ। ਕੇਵਲ ਰਸਮੀ ਤੌਰ 'ਤੇ ਸਵੇਰੇ ਸ਼ਾਮ ਗੁਰੂ ਘਰ ਆ ਜਾਣਾ ਜਾਂ ਸੇਵਾ ਕਰ ਲੈਣੀ, ਬਸ ਇੱਥੇ ਤੱਕ ਸੀਮਤ ਰਹਿ ਚੁੱਕਿਆ ਹੈ। ਪਰੰਤੂ ਉਹ ਪਿਆਰ, ਪੰਥ ਨੂੰ ਸਮਰਪਿਤ ਆਪਣਾ ਆਪ ਵਾਰਨ ਦੀ ਜਿਹੜੀ ਘਾਲਣਾ ਸੀਗੀ, ਉਹ ਅੱਜ ਕਿਤੇ ਨੌਜਵਾਨਾਂ 'ਚੋਂ ਦੂਰ ਜਾਂਦੀ ਦਿਖਾਈ ਦੇ ਰਹੀ ਹੈ। ਅਤੇ ਆਓ ਗੱਲਬਾਤ ਕਰਦੇ ਡਾਕਟਰ ਸਾਹਿਬ ਦੇ ਨਾਲ। ਡਾਕਟਰ ਸਾਹਿਬ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਬੜਾ ਸੋਹਣਾ ਇੱਕ ਮਸਲਾ ਰੱਖਿਆ। ਅੱਜ ਸਭ ਤੋਂ ਵੱਡਾ ਮਸਲਾ ਸਾਡੇ ਸਾਹਮਣੇ ਹੈ ਨੌਜਵਾਨੀ ਦਾ। ਅੱਜ ਸਾਡੀ ਨੌਜਵਾਨੀ ਗੁਰੂ ਘਰ ਤੋਂ ਟੁੱਟ ਰਹੀ ਹੈ। ਅੱਜ ਸਾਡੀ ਨੌਜਵਾਨੀ ਗੁਰੂ ਸਿਧਾਂਤਾਂ ਤੋਂ ਟੁੱਟ ਕੇ ਬੇਮੁੱਖ ਹੋ ਕੇ ਆਪਣੇ ਸਮਾਜਿਕ ਰਿਸ਼ਤਿਆਂ ਵਿੱਚ ਤਾਂ ਮਜ਼ਬੂਤ ਹੋ ਰਹੀ ਹੈ, ਪਰੰਤੂ ਗੁਰੂ ਪੰਥ ਪ੍ਰਤੀ ਜਿਹੜਾ ਕੋਈ ਰਿਸ਼ਤਾ ਸੀ, ਗੁਰੂ ਸਿਧਾਂਤਾਂ ਪ੍ਰਤੀ ਕੋਈ ਰਿਸ਼ਤਾ ਸੀ, ਉਹ ਕਿਤੇ ਨਾ ਕਿਤੇ ਅੱਜ ਉੱਥੇ ਤਰੇੜ ਪੈ ਗਈ ਜਾਂ ਕਿਤੇ ਨਾ ਕਿਤੇ ਗੰਢ ਪੈ ਚੁੱਕੀ ਹੈ। ਇੱਕ ਤਾਂ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਉਹ ਪਦਾਰਥਵਾਦੀ ਯੁੱਗ ਦਾ ਹੈ ਜੀ। ਇੱਕ ਕਿਸੇ ਸਿਆਣੇ ਬੰਦੇ ਨੇ ਕੁਐਸਚਨ ਕੀਤਾ ਸੀ ਕਿ ਤੈਨੂੰ ਸੁਰਗ 'ਚ ਭੇਜੀਏ ਜਾਂ ਨਰਕ 'ਚ ਭੇਜੀਏ, ਉਹ ਕਹਿੰਦਾ ਮੈਨੂੰ ਉੱਥੇ ਭੇਜ ਦਿਓ ਜਿੱਥੇ ਚਾਰ ਪੈਸੇ ਬਣਦੇ ਨੇ।
ਜਿਹੜੇ ਨੌਜਵਾਨ ਨੇ ਉਹ ਪੱਛਮੀ ਦੌੜ ਵਿੱਚ ਲੱਗੇ ਹੋਏ ਨੇ ਵਿਦੇਸ਼ਾਂ ਵਿੱਚ ਜਾਣ ਲਈ, ਇੱਥੇ ਰੁਜ਼ਗਾਰ ਨਹੀਂ ਮਿਲਦਾ ਹੈਗਾ। ਰੁਜ਼ਗਾਰ ਨਾ ਮਿਲਣ ਕਰਕੇ ਅਗਰ ਕਿਸੇ ਨੌਜਵਾਨ ਨੂੰ ਇਹ ਕਹੀਏ ਵੀ ਤੁਹਾਨੂੰ ਪ੍ਰਚਾਰਕ ਬਣਾਈਏ, ਗ੍ਰੰਥੀ ਬਣਾਈਏ, ਤਾਂ ਉਹ ਇੱਕ ਚਪੜਾਸੀ ਬਣਨਾ ਤਾਂ ਪਸੰਦ ਕਰੇਗਾ ਪਰ ਗ੍ਰੰਥੀ ਬਣਨਾ ਜਾਂ ਪ੍ਰਚਾਰਕ ਬਣਨਾ ਪਸੰਦ ਹੈ। ਮੈਂ ਥੋੜ੍ਹੀ ਤੁਹਾਡੀ ਗੱਲ ਨੂੰ ਇੱਥੇ ਰੋਕਾਂਗਾ ਡਾਕਟਰ ਸਾਹਿਬ, ਤੁਸੀਂ ਤਾਂ ਪ੍ਰਚਾਰਕ ਨਾ ਬਣਨ ਦੀ ਗੱਲ ਕੀਤੀ ਹੈ, ਅੱਜ ਕੋਈ ਪ੍ਰਚਾਰਕ ਬਣਨ ਨੂੰ ਤਿਆਰ ਨਹੀਂ, ਕਿਉਂਕਿ ਅੱਜ ਜਿਹੜੇ ਪ੍ਰਚਾਰਕ ਨੇ ਉਹ ਜਦੋਂ ਦੂਜੀਆਂ ਕੌਮਾਂ ਦੇ ਪ੍ਰਚਾਰਕਾਂ ਵੱਲ ਵੇਖਦੇ ਨੇ, ਜੇ ਕੋਈ ਪਾਦਰੀ ਬਣਦਾ ਜਾਂ ਮੌਲਵੀ ਬਣਦਾ ਉਹਦੇ ਪਰਿਵਾਰ ਨੂੰ ਸਾਂਭਿਆ ਜਾਂਦਾ ਕਮੇਟੀਆਂ ਵੱਲੋਂ, ਉਹਦਾ ਪੂਰਾ ਖਰਚਾ ਕੀਤਾ ਜਾਂਦਾ ਹੈ। ਅੱਜ ਜਿਹੜਾ ਗੁਰੂ ਘਰ ਦਾ ਪ੍ਰਚਾਰਕ ਹੈ, ਮੈਨੂੰ ਮਾਫ਼ ਕਰ ਦੇਣਾ, ਅੱਜ ਗੁਰੂ ਘਰ ਦਾ ਪ੍ਰਚਾਰਕ ਸਵੇਰ ਤੋਂ ਲੈ ਕੇ ਰਾਤ ਤੱਕ ਡਿਊਟੀ ਵੀ ਕਰੇਗਾ, ਡਾਲੀ ਵੀ ਮੰਗਿਆ ਜਾਵੇਗਾ, ਤੇ ਉਹਦੇ ਬੱਚੇ ਵੀ ਮਾੜੇ ਤੋਂ ਮਾੜੇ ਸਕੂਲ 'ਚ ਪੜ੍ਹਦੇ ਹੋਣਗੇ। ਕਮੇਟੀਆਂ ਪ੍ਰਚਾਰਕ ਤੋਂ ਕੰਮ ਤਾਂ ਬਹੁਤ ਲੈ ਰਹੀਆਂ ਨੇ, ਪਰੰਤੂ ਉਹਨਾਂ ਦੇ ਪਰਿਵਾਰ ਨੂੰ ਸਾਂਭਣ ਵਾਸਤੇ ਕਿਤੇ ਸਫਲ ਨਹੀਂ ਹੋ ਰਹੀਆਂ। ਕੀ ਅੱਜ ਪ੍ਰਚਾਰਕ ਦਾ ਚਿੱਤ ਨਹੀਂ ਕਰਦਾ ਮੇਰੇ ਬੱਚੇ ਵੀ IPS ਬਣ, ਮੇਰੇ ਬੱਚੇ ਵੀ ਅੱਗੇ ਡਾਕਟਰ ਇੰਜੀਨੀਅਰ ਬਣ, ਕਿਉਂਕਿ ਉਹਦਾ ਕੋਈ ਅੱਜ ਬਾਂਹ ਪਕੜਨ ਨੂੰ ਤਿਆਰ ਨਹੀਂ। ਉਹ ਕੇਵਲ ਤੇ ਕੇਵਲ ਗੁਰੂ ਘਰ ਤੇ ਹੀ ਡਿਪੈਂਡ ਰਹਿ ਚੁੱਕਾ, ਅਰਦਾਸ ਕਰਾਉਣੀ ਹੈ ਜਾਂ ਮਾਇਆ ਜਿੰਨੀ ਦੇਣਗੇ ਉਹਦੇ ਵਾਧੇ ਵਾਸਤੇ। ਇੱਕ ਪਾਸੇ ਗੁਰੂ ਕਾ ਵਜ਼ੀਰ ਕਹਿੰਦੇ ਹਾਂ, ਦੂਜੇ ਪਾਸੇ ਕਮੇਟੀਆਂ ਵਜ਼ੀਰ ਦਾ ਕਿੰਨਾ ਕੁ ਸਤਿਕਾਰ ਹੈ, ਨੌਕਰ ਸਮਝਦੀਆਂ ਨੇ ਉਹਨਾਂ ਨੂੰ। ਉਹਨਾਂ ਨੂੰ ਤਾਂ ਸਿਰਫ ਇੱਕ ਉਹਨਾਂ ਗੁਰਦੁਆਰੇ ਨੂੰ ਸੰਭਾਲਣ ਦਾ ਇੱਕ ਡਿਊਟੀ ਲਗਾਈ ਜਾਂਦੀ ਹੈ ਉਸਦੀ। ਅੱਜ ਪ੍ਰਚਾਰਕ ਦਾ ਬੱਚਾ ਪ੍ਰਚਾਰਕ ਬਣਨ ਨੂੰ ਤਿਆਰ ਨਹੀਂ, ਡਾਕਟਰ ਦਾ ਬੱਚਾ ਡਾਕਟਰ ਬਣ ਜਾਏਗਾ, ਪ੍ਰਧਾਨ ਦਾ ਬੱਚਾ ਪ੍ਰਧਾਨ ਬਣ ਜਾਏਗਾ, ਕੈਸ਼ੀਅਰ ਦਾ ਬੱਚਾ ਕੈਸ਼ੀਅਰ ਬਣ ਜਾਏਗਾ, ਪਰੰਤੂ ਇੱਕ ਕਥਾ ਵਾਚਕ ਜਾਂ ਰਾਗੀ ਸਿੰਘ ਦਾ ਬੱਚਾ ਨਹੀਂ। ਉਹ ਪੂਰਾ ਆੜਾ ਸਿਖਾਉਣ ਵਾਲਾ ਅਧਿਆਪਕ 30-40 ਹਜ਼ਾਰ ਰੁਪਇਆ ਤਨਖਾਹ ਲੈਂਦਾ, ਬਿਲਕੁਲ, ਪਰ ਪਿੰਡਾਂ 'ਚ ਗੁਰਦੁਆਰਿਆਂ ਦੇ ਗ੍ਰੰਥੀ ਨੂੰ 2-3 ਹਜ਼ਾਰ ਤੋਂ ਵੱਧ ਕੋਈ ਤਨਖਾਹ ਨਹੀਂ ਦੇ ਰਿਹਾ। ਇਹਦਾ ਹੱਲ ਆਪਾਂ ਨੂੰ, ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੜੇ ਯਤਨ ਕਰਦੇ ਹਾਂ ਜੀ, ਅਸੀਂ ਨੌਜਵਾਨਾਂ ਨੂੰ ਗੁਰਮਤ ਵੱਲ ਲਾਉਣ ਵਾਸਤੇ ਥਾਂ ਥਾਂ 'ਤੇ ਸੈਮੀਨਾਰ ਅਰੇਂਜ ਕਰਦੇ ਹਾਂ ਜੀ। ਪ੍ਰਾਇਮਰੀ ਸਕੂਲਾਂ 'ਚ ਜਾ ਕੇ ਚੌਂਕੜੀ ਮਾਰ ਕੇ ਅਸੀਂ ਉਹਨਾਂ ਨੂੰ ਸਾਖੀਆਂ ਸੁਣਾ ਸੁਣਾ ਕੇ ਬੜੇ ਸੌਖੇ ਢੰਗ ਨਾਲ ਉਹਨਾਂ ਨੂੰ ਬਾਲ ਵਿਰਸਾ ਇੱਕ ਲੈ ਕੇ ਕਿਤਾਬ, ਉਹਦੇ ਰਾਹੀਂ ਟੈਸਟ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਦੇ ਕੇ, ਮੋਮੈਂਟੋਜ਼ ਦੇ ਕੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਜੀ। ਇਸੇ ਤਰ੍ਹਾਂ ਹੀ ਸਕੂਲਾਂ ਕਾਲਜਾਂ ਦੇ ਕੈਂਪ ਲਾਉਂਦੇ ਹਾਂ ਅਸੀਂ। ਆ ਹੁਣੇ 20-25 ਤਰੀਕ ਤੱਕ ਬੜੂ ਸਾਹਿਬ ਨੈਸ਼ਨਲ ਲੈਵਲ ਦਾ ਕੈਂਪ ਲੱਗਿਆ ਨੌਜਵਾਨਾਂ ਦਾ। ਸੋ ਨੌਜਵਾਨ ਇੱਕ ਅਜਿਹੀ ਕੜੀ ਨੇ ਸਮਾਜ, 50% ਤੋਂ ਉੱਪਰ ਨੌਜਵਾਨਾਂ ਦੀ ਗਿਣਤੀ ਹੈ। ਜੇ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਰੋਲ ਮਾਡਲ ਵੀ ਨੌਜਵਾਨ ਸੀ, ਬਾਬਾ ਬੁੱਢਾ ਜੀ 12 ਸਾਲ ਦੇ ਗੁਰੂ ਨਾਨਕ ਦੇ ਨਾਲ ਮਿਲਾਪ ਹੋਇਆ, ਉਹ 5 ਗੁਰੂਆਂ ਨੂੰ ਆਪ ਟੀਚਰ ਬਣ ਕੇ ਪੜ੍ਹਾਉਂਦੇ ਨੇ, ਉਹ ਹਰ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ, ਫਿਰ 5ਵੇਂ ਪਾਤਸ਼ਾਹ 18 ਸਾਲ ਦੀ ਉਮਰ ਦੇ ਵਿੱਚ ਗੁਰੂ ਬਣੇ, ਫਿਰ 7ਵੇਂ ਪਾਤਸ਼ਾਹ 14 ਸਾਲ ਦੇ ਬਣੇ, ਗੁਰੂ ਗੋਬਿੰਦ ਸਿੰਘ ਜੀ 9.5 ਸਾਲ ਦੇ ਬਣੇ, ਸਾਹਿਬਜ਼ਾਦੇ 18 ਸਾਲ ਤੋਂ ਘੱਟ ਉਮਰ ਦੇ ਸੀ, ਹੋਰ ਅਨੇਕਾਂ ਅਜਿਹੇ ਨੌਜਵਾਨਾਂ ਦੀਆਂ ਸਾਡੇ ਪਾਸ ਮਿਸਾਲਾਂ ਨੇ ਜਿਨ੍ਹਾਂ ਨੂੰ ਅੱਜ ਦੇ ਨੌਜਵਾਨ ਆਪਣਾ ਰੋਲ ਮਾਡਲ ਮੰਨ ਕੇ ਸਾਰੀ ਦੁਨੀਆ ਨੂੰ ਤਾਂ ਇੱਕ ਛੋਟੇ ਛੋਟੇ ਬੱਚਿਆਂ ਰਾਹੀਂ ਦੱਸਿਆ ਜਾਂਦਾ ਵੀ ਨਾਮ ਜਪੋ ਜੀ ਐਸੇ ਐਸੇ ਧਰੂਵ ਪ੍ਰਹਿਲਾਦ ਜਪੋ। ਸੋ ਅਸੀਂ ਜਦੋਂ ਨੌਜਵਾਨਾਂ ਦੇ ਵਿੱਚ ਆਪ ਉਹਨਾਂ ਨੇ ਨਹੀਂ ਗੁਰਦੁਆਰਿਆਂ 'ਚ ਆਉਣਾ, ਗੁਰਦੁਆਰਿਆਂ 'ਚ ਸਾਨੂੰ ਪਹੁੰਚ ਕਰਨੀ ਪਈ। ਗੁਰਦੁਆਰਿਆਂ 'ਚ ਆਮ ਤੌਰ 'ਤੇ ਜਿਹੜੇ ਜਾਂਦੇ ਵੀ ਨੇ ਲੋਕ ਉਹ ਹੰਭੇ ਹਾਰੇ ਥੱਕੇ ਟੁੱਟੇ ਏਜਡ ਲੋਕ ਹੁੰਦੇ ਨੇ ਜੀ। ਮੈਂ ਸਕੂਲ ਗੁਰਦੁਆਰੇ ਜਦੋਂ ਕਥਾ ਕਰਨ ਵੀ ਐਮਰਜੈਂਸੀ 'ਚ ਜਾਂਦਾ ਨਾ, ਜਦੋਂ ਕਥਾ ਵਚਕ ਨਹੀਂ ਹੁੰਦਾ ਤਾਂ ਅਸੀਂ ਦੇਖਦੇ ਹਾਂ ਜਦੋਂ ਅਰਦਾਸ ਦਾ ਟਾਈਮ ਹੁੰਦਾ ਸਿਰਫ ਉਸ ਵੇਲੇ ਜਾਂਦੇ ਨੇ, ਨੌਜਵਾਨ ਤਾਂ ਉਦੋਂ ਵੀ ਨਹੀਂ ਹੁੰਦੇ, ਜਿਹੜੇ ਵੱਡੇ ਹੁੰਦੇ ਨੇ ਉਹ ਅਰਦਾਸ ਵੇਲੇ ਜਾਂਦੇ ਨੇ, ਆਪਦੀਆਂ ਮੰਗਾਂ ਮੰਗਦੇ ਨੇ, ਨਾ ਉਹਨਾਂ ਨੂੰ ਕੀਰਤਨ ਤੱਕ ਨਾ ਕਥਾ ਤੱਕ ਕੋਈ ਮਤਲਬ। ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਅੱਜ ਵੱਡੇ ਵੱਡੇ ਗੁਰੂ ਘਰ ਤਾਂ ਬੜੇ ਸੋਹਣੇ ਸਥਾਪਿਤ ਹੋ ਚੁੱਕੇ ਨੇ, ਪਰੰਤੂ ਕੇਵਲ ਰਸਮਾਂ ਵਾਸਤੇ ਜਾਂ ਭੋਗਾਂ ਵਾਸਤੇ ਰਹਿ ਗਏ ਨੇ? ਹਾਂ ਬਿਲਕੁਲ, ਜਦੋਂ ਕੋਈ ਮਰਗ ਦਾ ਭੋਗ ਹੁੰਦਾ ਉਸ ਤੁਸੀਂ ਹੋਰ ਹੈਰਾਨ ਮੰਨੋਗੇ, ਅਸੀਂ ਸ਼ਰਧਾਂਜਲੀ ਭੇਂਟ ਕਈ ਵਾਰੀ ਜਾਂਦੇ ਹਾਂ ਕਰਨ, ਜਦੋਂ ਸ਼ਰਧਾਂਜਲੀ ਭੇਂਟ ਕਰਨ ਵੇਲੇ ਸੰਗਤ ਇਕੱਠੀ ਹੋਈ ਹੁੰਦੀ ਹੈ, ਸਾਡਾ ਮਤਲਬ ਹੁੰਦਾ ਵੀ ਉਸ ਵੇਲੇ ਕੋਈ ਮੌਤ ਦੇ ਵਿਸ਼ੇ 'ਤੇ ਕੋਈ ਸੁਨੇਹਾ ਦਿੱਤਾ ਜਾਵੇ, ਸੰਗਤ ਇਕੱਠੀ ਹੈ, ਪਰ ਉਦੋਂ ਵੀ ਲੋਕ ਇਹ ਸੋਚਦੇ ਨੇ ਵੀ ਅਸੀਂ ਤਾਂ ਜਿਹੜਾ ਬੰਦਾ ਪਰਿਵਾਰ ਵਾਲਿਆਂ ਨੂੰ ਦਿਖਾਈ ਦੇਣਾ, ਅਦਰਵਾਈਜ਼ ਸਾਨੂੰ ਕੋਈ ਸਿਧਾਂਤ ਦਾ ਕੋਈ ਮਤਲਬ। ਇਸ ਲਈ ਲੋਕਾਂ ਦੀ ਜਿਹੜੀ ਰੁਚੀ ਹੈ ਉਹ ਧਾਰਮਿਕ ਪਾਸੇ ਵੱਲੋਂ, ਨੈਤਿਕ ਪਾਸੇ ਵੱਲੋਂ ਬਹੁਤ ਘੱਟ ਹੈ। ਇਸ ਦਾ ਹੱਲ ਇਹੀ ਹੈ ਜਿਹੜਾ ਤੁਸੀਂ ਪੁੱਛਿਆ ਵੀ ਜੇ ਉਹ ਨਹੀਂ ਆ ਸਕਦੇ ਗੁਰੂ ਘਰ, ਆਪਾਂ ਚਲੇ ਜਾਓ, ਆਪਾਂ ਸਕੂਲਾਂ 'ਚ ਜਾ ਸਕਦੇ ਹਾਂ,
ਸਕੂਲਾਂ ਜਾ ਕੇ ਉਹਨਾਂ ਦੇ ਸੈਮੀਨਾਰ ਲਾਓ, ਉਹਨਾਂ ਦੇ ਲੈਕਚਰ ਲਾਓ। ਡਾਕਟਰ ਸਾਹਿਬ ਤੁਸੀਂ ਇੱਥੇ ਗੱਲ ਆਖੀ ਸੀ ਕਿ ਪੁਰਾਤਨ ਸਮੇਂ 'ਚ ਬਜ਼ੁਰਗ ਔਰਤਾਂ ਬੱਚਿਆਂ ਨੂੰ ਜਾਈ 'ਚ ਲੈ ਕੇ ਬੈਠਦੀਆਂ ਸਨ, ਅੱਜ ਉਹ ਸਮਾਂ ਦੁਆਰਾ ਨਹੀਂ ਆ ਸਕਦਾ। ਹਾਂ, ਕਿਉਂਕਿ ਅੱਜ ਤੁਸੀਂ ਪਦਾਰਥਵਾਦੀ ਵੀ ਗੱਲ ਪਹਿਲਾਂ ਕੀਤੀ ਹੈ, ਪਰਿਵਾਰ ਸਾਡੇ ਅਲੱਗ ਹੋ ਗਏ ਨੇ, ਅੱਜ ਸਾਡੇ ਘਰ 'ਚ ਜਿੰਨੇ ਕਮਰੇ ਨੇ ਅਤੇ ਉਨੇ ਸਾਡੇ ਘਰ ਦੇ ਜੀ ਨੇ, ਹਰ ਕੋਈ ਜੀ ਆਪੋ ਆਪਣੇ ਕਮਰੇ 'ਚ ਆਰਾਮ ਨਾਲ ਇਕਾਂਤ ਵਿੱਚ ਬੈਠੇ। ਫਿਰ ਡਾਕਟਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਕੌਣ ਕਰੇਗਾ? ਅੱਜ ਕੌਣ ਸਿਧਾਂਤਾਂ ਦੀ ਗੱਲ ਕਰੇਗਾ? ਕੌਣ ਗੁਰੂ ਨਾਨਕ ਸਾਹਿਬ ਦੇ ਮੈਸੇਜ ਨੂੰ ਦੁਨੀਆਂ 'ਤੇ ਕੋਨੇ 'ਚ ਫੈਲਾਏਗਾ? ਇਹ ਆਪਾਂ ਨੂੰ ਇਹ ਕਰਨੀ ਪਊਗੀ, ਕਿਉਂਕਿ ਇਹਦਾ ਕਾਰਨ ਇਹ ਹੈ। ਹੁਣ ਬਹੁਤ ਸਾਰੀ ਮੁਹਿੰਮ ਚੱਲੀ ਹੈ, ਸੁਕ੍ਰਿਤ ਟਰੱਸਟ ਵਾਲੇ ਕਰ ਰਹੇ ਨੇ, ਸਹਿਜ ਪਾਠ ਦੀ ਮੁਹਿੰਮ ਚੱਲੀ ਹੈ, ਸਟੱਡੀ ਸਰਕਲ ਨੇ ਵੀ ਚਲਾਈ ਹੈ। ਉਹਨਾਂ ਨੂੰ ਦੱਸਣ ਦੀ ਲੋੜ ਹੈ ਵੀ ਇਹਦੇ ਵਿੱਚ ਕੀ ਹੈ। ਨੌਜਵਾਨਾਂ ਨੂੰ, ਵੱਡਿਆਂ ਨੂੰ ਵੀ ਈਵਨ ਇਹ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਆ, ਉਹਨਾਂ ਨੂੰ ਦੱਸਣਾ ਪਊ। ਸਾਨੂੰ ਡਰੈਸ ਬਾਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦਾ ਜੀ, ਖਾਣ ਪੀਣ ਬਾਰੇ ਕੀ ਕਹਿੰਦਾ? ਬਿਲਕੁਲ, ਜਦੋਂ ਦੱਸਣਾ ਪਊ ਵੀ ਬੋਲੀ ਹੈ। ਹੁਣ ਗੰਢ ਪ੍ਰੀਤੀ ਮਿੱਠੇ ਬੋਲ, ਵੀ ਮਿੱਠੇ ਬੋਲਾਂ ਨਾਲ ਸਾਂਝ ਮਿਲਦੀ, ਆਪਸੀ ਸਾਂਝ ਪੈ ਜਾਂਦੀ ਹੈ। ਟੂਟ ਪ੍ਰੀਤ ਗਈ ਬੁਰਬੋਲ, ਮਿੱਠ ਅਤੇ ਨੀਵੀਂ ਨਾਨਕਾ ਗੁਣ। ਇਹਨਾਂ ਨੂੰ ਵੀ ਖੋਲ ਖੋਲ ਕੇ ਉਹਨਾਂ ਨੂੰ ਦੱਸਣਾ ਪਊ ਇਹਦੇ ਅਰਥ ਕੀ ਨੇ ਜੀ। ਬਹੁਤ ਖੂਬ, ਗੁਰਬਾਣੀ ਹੈ ਨਾ ਜਿਹੜੀ, ਮਾਫ ਕਰਨਾ, ਜਦੋਂ ਤਾਂ ਜਾਣੀ ਬਾਣੀ ਆਪਾਂ ਪੜ੍ਹਦੇ ਹਾਂ ਜਿਹੜੇ ਦੇ ਵਿੱਚ ਖੁੱਬੇ ਹੁੰਦੇ ਨੇ, ਉਹਨਾਂ ਨੂੰ ਤਾਂ ਇਹ ਨਜ਼ਾਰਾ ਬਹੁਤ ਦਿੰਦੀ ਹੈ, ਬਹੁਤ ਰਹੱਸ ਆਉਂਦਾ। ਜਿਹੜੇ ਆਮ ਬੰਦੇ ਨੇ ਉਹਨਾਂ ਨੂੰ ਤਾਂ ਕੰਨ ਰਸ ਵਾਂਗੂ ਹੈ ਉਹ ਬਾਣੀ ਹੈ ਨਾ ਜਿਹੜੀ। ਮੈਂ ਤਾਂ ਇੱਕ ਗੱਲ ਹੋਰ ਕਹਿਣਾ ਹੁੰਦਾ ਵੀ ਇੱਕ ਲੱਕੜੀ ਦਾ ਭੋਕਣਾ ਹੁੰਦਾ ਹੈ, ਬਾਂਸ ਦਾ ਬਣਿਆ ਹੋਇਆ, ਉਹ ਹੁਣ ਬਾਣੀ ਦੇ ਵਿੱਚ ਲਿਖਿਆ ਹੋਇਆ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੀ ਜਿਉਂ ਬਾਂਸ ਵਜਾਈ ਆ। ਉਹ ਇਉਂ ਕਿਹਾ ਹੋਇਆ ਉਹਨਾਂ ਨੇ ਵੀ ਤੁਸੀਂ ਤਾਂ ਇਹ ਲੋਕੋ, ਜੇ ਤੁਸੀਂ ਗੁਰੂ ਦੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦੇ ਤਾਂ ਭੋਕਣੇ ਹੋ, ਕਿਉਂਕਿ ਉਹਦੇ ਵੀ ਇੱਕ ਕੰਨ 'ਚੋਂ ਪਾ ਕੇ ਬੜੀਆਂ ਚੋਟਾਂ ਹਲਵੰਤ ਸਿੰਘ ਜੀ ਮਾਰੀਆਂ ਹੋਈਆਂ ਨੇ। ਜੇਕਰ ਗੁਰਬਾਣੀ ਦੀ ਚੋਟ ਨੂੰ ਬੰਦਾ ਸਹਿ ਲਵੇ, ਆਪਾਂ ਨੌਜਵਾਨਾਂ ਜਾ ਕੇ ਵੱਡਿਆਂ ਜਾ ਕੇ ਇਹੀ ਦੱਸਣਾ, ਚੋਟ ਸਹਾਰੇ ਸੇਲ ਕੀ ਜੀ, ਜਿਹੜਾ ਉਹ ਤਾਂ ਜਦੋਂ ਲੱਗਦੀ ਹੈ ਨਾ ਉਦੋਂ ਔਖਿਆਈ ਹੁੰਦੀ ਹੈ, ਉਹਨੂੰ ਸਾਹ ਚੜ੍ਹਦਾ, ਪਰ ਜਦੋਂ ਲੱਗ ਜਾਂਦੀ ਹੈ, ਜਦੋਂ ਚੋਟ ਸ਼ਬਦ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ, ਜੇ ਸ਼ਬਦ ਦੀ ਚੋਟ ਲੈ, ਇਹ ਸ਼ਬਦ ਦੀਆਂ ਚੋਟਾਂ, ਕਿਤੇ ਆਪਾਂ ਨੂੰ ਬੇਸਬਾ ਦਾ ਪੁੱਤਰ ਕਿਹਾ, ਕਿਤੇ ਜਿਹੜਾ ਮਾੜਾ ਬੋਲਣ ਵਾਲਾ, ਜਦੋਂ ਕਹਿੰਦੇ ਜਿਹੜਾ ਸੂਰ ਹੈ ਉਹ ਸਾਕਤ ਅਤੇ ਸੂਕਰ ਭਲਾ ਰਾਖੀ ਆਛਾ ਗਾਉਂ, ਉਹ ਸਾਕਤ ਬਪੁਰਾ ਮਰ ਗਿਆ ਕੋਈ ਨਾ ਲਵੇ। ਹੁਣ ਜਿਹੜੀ ਇਹ ਚੋਟ ਹੈ, ਜੇ ਲੋਕਾਂ ਨੂੰ ਸਮਝਾਵਾਂਗੇ ਵੀ ਜਿਹੜਾ ਸੂਰ ਹੈ ਉਹ ਗੰਦਗੀ ਨੂੰ ਸਾਫ਼ ਕਰਕੇ ਗਾਂਵ ਨੂੰ ਅੱਛਾ ਰੱਖਦਾ ਪਿੰਡ ਨੂੰ, ਪਰ ਜਿਹੜਾ ਬੰਦਾ ਜਿਹਦੇ ਬੋਲਾਂ ਦੇ ਨਾਲ ਗੰਦ ਪੈਂਦਾ ਉਹ ਸੂਰ ਤੋਂ ਵੀ ਭੈੜਾ, ਬਿਲਕੁਲ ਉਹ ਸੂਰ ਤੋਂ ਵੀ ਜ਼ਿਆਦਾ ਮਾੜਾ ਹੈ। ਜਦੋਂ ਇਹ ਚੋਟ ਵੱਜੂ, ਇੱਕ ਹੋਰ ਦੱਸਦਾ ਜੀ, ਹੁਣ ਬਹੁਤੇ ਲੋਕ ਹੰਕਾਰੀ ਹੁੰਦੇ ਨੇ, ਹੰਕਾਰ ਵੀ ਬਹੁਤੇ ਉਹ ਕਰਦੇ ਨੇ ਜਿਨ੍ਹਾਂ ਕੋਲ ਕੁਛ ਹੁੰਦਾ ਨਹੀਂ। ਹੁਣ ਜਿਹੜਾ ਹੰਕਾਰੀ ਬੰਦਾ ਹੈ ਉਹਨੂੰ ਗੁਰੂ ਸਾਹਿਬ ਜਦੋਂ ਉਹ ਕਹਿਣਗੇ ਕਿ ਜਿਹੜਾ ਇੱਕ ਆਮ ਤੁਰਿਆ ਫਿਰਦਾ ਖੋਤਾ ਹੈ ਉਹ ਤਾਂ ਨਕਲੀ ਹੈ, ਨਾਨਕ ਤੇ ਜਨ ਅਸਲ ਖੜ ਜੀ ਵਿਨ ਗੁਣ ਗਰਭ, ਅਸਲੀ ਖੋਤਾ ਕੌਣ ਹੈ ਜਿਹੜਾ ਬਿਨਾਂ ਗੁਣਾਂ ਤੋਂ ਹੰਕਾਰ। ਬਿਲਕੁਲ, 95% ਤੋਂ ਵੀ ਉੱਤੇ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਗੁਣ ਕੋਈ ਹੁੰਦਾ ਨਹੀਂ, ਹੰਕਾਰ ਕਰੀ ਜਾਂਦੇ। ਜਦੋਂ ਉਹਨਾਂ ਦੇ ਅੰਦਰ ਚੋਟ ਵੱਜੂਗੀ ਇਹ ਵੀ ਗੁਰੂ ਨਾਨਕ ਮੈਨੂੰ ਅਸਲੀ ਖੋਤਾ ਕਹਿੰਦਾ, ਅਤੇ ਫਿਰ ਉਹਦੇ ਅੰਦਰ ਬੰਦਾ ਬਣਨ ਦੀ ਇੱਛਾ ਹੋ। ਬਿਲਕੁਲ, ਫਿਰ ਉਹ ਕਹੂਗਾ ਵੀ ਜਿਵੇਂ ਬੰਦਾ ਸਿੰਘ ਬਹਾਦਰ ਬੰਦਾ ਬਣਿਆ ਸੀ ਨਾ, ਉਹਨੂੰ ਕਹੇ ਬੰਦਿਆ ਤੂੰ ਜੇ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ, ਬਹੁਤ ਖੂਬ, ਉਹ ਬੰਦਾ ਬਹਾਦਰ ਬਣ। ਬਿਲਕੁਲ ਡਾਕਟਰ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਸਾਨੂੰ ਅੱਜ ਆਪਣਾ ਆਪ ਖੋਜਣਾ ਪਵੇਗਾ, ਅਸੀਂ ਖੜੇ ਕਿੱਥੇ ਹਾਂ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਗੁਰਬਾਣੀ ਸਾਡੀ ਹਰ ਮੋੜ 'ਤੇ ਅਗਵਾਈ ਕਰਦੀ ਹੈ, ਪਰੰਤੂ ਅਫਸੋਸ ਅਸੀਂ ਕੇਵਲ ਅਤੇ ਕੇਵਲ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਸ਼ਾਮ ਨੂੰ ਸੋਧ ਰਹਿ ਰਾਸ ਅਤੇ ਰਾਤ ਨੂੰ ਸੋਹਿਲਾਂ ਤੱਕ ਜੁੜ ਕੇ ਬੈਠ ਚੁੱਕੇ ਹਾਂ। ਕੌਣ ਪੜ੍ਹੇਗਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਗ੍ਰੰਥ ਨੂੰ? ਕੌਣ ਪੜ੍ਹੇਗਾ, ਕੌਣ ਦਰਸ਼ਨ ਕਰੇਗਾ 1430 ਅੰਗਾਂ ਨੂੰ? ਗੁਰੂ ਪਿਆਰ ਵਾਲਿਓ, ਆਓ ਅਸੀਂ ਉਂਗਲ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਸ਼ਬਦ, ਇੱਕ ਇੱਕ ਪੰਕਤੀ ਨੂੰ ਆਪਣੇ ਹਿਰਦੇ 'ਚ ਪੜ੍ਹੀਏ, ਵਸਾਈਏ
ਤਾਂ ਜੋ ਸਾਡੇ ਲੋਕ ਵੀ ਸੁਖੀ ਹੋਣ, ਸਾਡੇ ਪਰਲੋਕ ਵੀ ਸੋਹਲੇ ਹੋਣ। ਮਸਲੇ ਬਥੇਰੇ ਨੇ ਕੌਮ ਦੇ ਵਿੱਚ, ਪੰਥ ਦੇ ਵਿੱਚ, ਆਪਣੇ ਆਪ ਹੱਲ ਹੋ ਜਾਣਗੇ। ਮੈਂ ਨਹੀਂ ਆਖ ਰਿਹਾ, ਸਤਿਗੁਰ ਦੀ ਬਾਣੀ ਕਹਿੰਦੀ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਮਿਲਾਏ। ਸਾਰੇ ਮਸਲੇ ਆਪ ਹੱਲ ਹੋ ਜਾਣਗੇ ਜਦੋਂ ਅਸੀਂ ਇਕੱਠੇ ਬੈਠਾਂਗੇ, ਗੁਰੂ ਪੰਥ ਦੀ ਗੱਲ ਕਰਾਂਗੇ, ਪੰਥ ਦੇ ਸਿਧਾਂਤਾਂ ਦੀ ਗੱਲ ਕਰਾਂਗੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਾਂ ਦੀ ਗੱਲ ਕਰਾਂਗੇ, ਸਿੱਖ ਰਹਿਤ ਮਰਿਆਦਾ ਦੀ ਗੱਲ ਕਰਾਂਗੇ, ਫਿਰ ਉਹ ਦਿਨ ਦੂਰ ਨਹੀਂ ਜਦੋਂ ਖਾਲਸੇ ਦਾ ਡੰਕਾ ਫਿਰ ਵੱਜੇਗਾ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਇੱਕ ਮੈਂ ਬੇਨਤੀ ਕਰਾਂਗਾ ਜ਼ਰੂਰ, ਜਿਵੇਂ ਕਿ ਤੁਸੀਂ ਅੱਜ ਸਮਾਂ ਕੱਢ ਕੇ ਸਾਡੇ ਇਸ ਸਟੂਡੀਓ ਵਿੱਚ ਆ ਕੇ ਬੜੀਆਂ ਸੋਹਣੀਆਂ ਵਿਚਾਰਾਂ ਪੰਥ ਨੂੰ ਹੋਰ ਜਾਗਰਤੀ ਦੇਣ ਵਾਸਤੇ, ਪੰਥ ਨੂੰ ਹੋਰ ਰੋਸ਼ਨੀ ਦੇਣ ਵਾਸਤੇ ਅੱਜ ਆਏ ਹੋ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।